ਦੋਸਤੋ ਲਾਈਫ ਵਿੱਚ ਇੱਕ ਗੱਲ ਕਿਸੇ ਨੇ ਗੁੱਸੇ ਵਿੱਚ ਤੁਹਾਨੂੰ ਜ਼ਰੂਰ ਕਹੀ ਹੋਵੇਗੀ, ਦੱਸ ਤੂੰ ਕੀ ਜੱਜ ਲੱਗਿਆ। ਓਕੇ ਦੋਸਤੋ, ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜੱਜ ਲੱਗਣ ਦੀ ਪੂਰੀ ਡਿਟੇਲ ਦੱਸ ਦਿੰਦੇ ਹਾਂ, ਕਿਵੇਂ ਤੁਸੀਂ ਲੱਗ ਸਕਦੇ ਹੋ ਅਤੇ ਉਸ ਬੰਦੇ ਨੂੰ ਕਰਾਰਾ ਜਵਾਬ ਕਿਵੇਂ ਦੇ ਸਕਦੇ ਹੋ। ਅਤੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਦੋਸਤੋ, ਯੋਗਤਾ ਕੀ ਹੁੰਦੀ ਹੈ ਜੱਜ ਬਣਨ ਵਾਸਤੇ ਅਤੇ ਕਿਹੜੇ ਕਿਹੜੇ ਲੈਵਲ ਦੀ ਪੋਸਟਾਂ ਹੁੰਦੀਆਂ ਨੇ ਜੱਜ ਦੀਆਂ, ਤਾਂ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜਾਏਗੀ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਦੋਸਤੋ, ਸਭ ਤੋਂ ਪਹਿਲਾਂ ਆਪਾਂ ਲੈਵਲ ਜਿਹੜੀ ਪੋਸਟਾਂ ਹੁੰਦੀਆਂ ਨੇ ਜੱਜ ਦੀਆਂ ਉਹਨਾਂ ਲੈਵਲ ਦੀ ਆਪਾਂ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਆਪਾਂ ਅਪਲਾਈ ਕਰਦੇ ਹਾਂ ਪੋਸਟਾਂ ਲਈ, ਤਾਂ ਆਪਾਂ ਨੂੰ ਮੈਜਿਸਟਰੇਟ ਜਾਂ ਸਿਵਲ ਜੱਜ ਬਣਨਾ ਪੈਂਦਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਜਿਵੇਂ ਜਿਵੇਂ ਤੁਹਾਡਾ ਐਕਸਪੀਰੀਅੰਸ ਅਤੇ ਤੁਹਾਡੀ ਕੁਆਲੀਫਿਕੇਸ਼ਨ ਇਨਕਰੀਜ਼ ਹੁੰਦੀ ਰਹਿੰਦੀ ਹੈ, ਤਾਂ ਤੁਸੀਂ ਸੈਸ਼ਨ ਜੱਜ ਜਾਂ ਡਿਸਟ੍ਰਿਕਟ ਜੱਜ ਲਈ ਅਪਲਾਈ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਹਾਈ ਕੋਰਟ ਲਈ ਅਪਲਾਈ ਕਰ ਸਕਦੇ ਹੋ ਜੇ ਤੁਹਾਡਾ ਐਕਸਪੀਰੀਅੰਸ ਇਨਕਰੀਜ਼ ਹੋ ਜਾਂਦਾ ਸੈਸ਼ਨ ਜੱਜ ਤੋਂ। ਅਤੇ ਇਸ ਤੋਂ ਬਾਅਦ ਸੁਪਰੀਮ ਕੋਰਟ, ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਕੋਰਟ ਹੁੰਦਾ, ਉਸ ਵਿੱਚ ਜੱਜ ਬਣ ਸਕਦੇ ਹੋ। ਤਾਂ ਦੋਸਤੋ, ਮੈਜਿਸਟਰੇਟ ਜਾਂ ਸਿਵਲ ਜੱਜ ਬਣਨ ਵਾਸਤੇ ਯੋਗਤਾ ਕੀ ਹੁੰਦੀ ਹੈ? 12th ਜਾਂ ਗ੍ਰੈਜੂਏਸ਼ਨ ਪਾਸ ਕਰਨ ਤੋਂ ਬਾਅਦ ਤੁਹਾਡੇ ਕੋਲ ਲਾਅ ਡਿਗਰੀ ਹੋਣੀ ਚਾਹੀਦੀ ਹੈ। LLB ਕਾਲਜ ਵਿੱਚ ਕਿਸੇ ਵੀ ਐਡਮਿਸ਼ਨ ਲੈ ਕੇ ਤੁਸੀਂ ਲਾਅ ਡਿਗਰੀ ਹਾਸਿਲ ਕਰ ਲੈਣੀ ਹੈ, 3 ਸਾਲਾਂ ਦੀ ਜਾਂ 5 ਸਾਲਾਂ ਦੀ। ਅਤੇ ਲਾਅ ਡਿਗਰੀ ਹਾਸਿਲ ਕਰਨ ਤੋਂ ਬਾਅਦ ਦੋਸਤੋ, ਹੁਣ ਤੁਸੀਂ ਅਪਲਾਈ ਕਰ ਸਕਦੇ ਹੋ ਸਿਵਲ ਜੱਜ ਵਾਸਤੇ। ਅਤੇ ਤੁਹਾਡੀ ਉਮਰ ਹੈ ਜਿਹੜੀ ਉਹ 21 ਤੋਂ 35 ਸਾਲਾਂ ਦੇ ਵਿਚਾਲੇ ਹੋਣੀ ਚਾਹੀਦੀ ਹੈ। ਅਤੇ ਇਸਦਾ ਜਿਹੜਾ ਐਗਜ਼ਾਮ ਹੈ, ਹਰ ਸਾਲ ਮਾਰਚ ਵਿੱਚ ਇਸਦਾ ਐਗਜ਼ਾਮ ਜਾਰੀ ਕੀਤਾ ਜਾਂਦਾ ਹੈ, ਅਤੇ ਜਿਸ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਆਫਟਰ ਦਿਸ ਕੁਆਲੀਫਿਕੇਸ਼ਨ ਕੁਆਲੀਫਾਈਡ। ਹੁਣ ਗੱਲ ਕਰਦੇ ਆਪਾਂ ਸੈਸ਼ਨ ਜੱਜ ਅਤੇ ਡਿਸਟ੍ਰਿਕਟ ਜੱਜ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ ਹੈ, ਅਤੇ 7 ਸਾਲਾਂ ਦਾ ਐਕਸਪੀਰੀਅੰਸ ਹੈ ਜੇ ਐਡਵੋਕੇਟ ਉਸਦੇ ਕੋਲ ਹੋਣਾ ਚਾਹੀਦਾ ਜੋ ਵੀ ਸੈਸ਼ਨ ਜੱਜ ਜਾਂ ਡਿਸਟ੍ਰਿਕਟ ਜੱਜ ਲਈ ਅਪਲਾਈ ਕਰ ਰਿਹਾ। ਅਤੇ ਏਜ ਲਿਮਿਟ ਦੀ ਗੱਲ ਕਰੀਏ ਦੋਸਤੋ, 35 ਤੋਂ 40 ਸਾਲ ਦੇ ਵਿਚਕਾਰ ਜੇ ਤੁਸੀਂ ਹੋ ਗਏ ਹੋ ਐਜ਼ ਏ ਮੈਜਿਸਟਰੇਟ ਜਾਂ ਸਿਵਲ ਜੱਜ, ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਪੋਸਟ ਨੂੰ। ਅਤੇ ਇਸ ਤੋਂ ਬਾਅਦ ਵਾਰੀ ਆਉਂਦੀ ਹਾਈ ਕੋਰਟ ਦੀ, ਅਤੇ ਇਸ 'ਤੇ ਵੀ ਸੇਮ ਹੀ ਹੈ, ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਹੈ ਬਟ 10 ਸਾਲਾਂ ਦਾ ਪ੍ਰੈਕਟਿਸ ਹਾਈ ਕੋਰਟ ਐਜ਼ ਏ ਐਡਵੋਕੇਟ ਹੋਣਾ ਚਾਹੀਦਾ ਹੈ। ਜਾਂ ਤੁਸੀਂ ਜੇ ਐਜ਼ ਏ ਸੈਸ਼ਨ ਜਾਂ ਡਿਸਟ੍ਰਿਕਟ ਜੱਜ ਵਰਕ ਕਰ ਰਹੇ ਹੋ, ਤਾਂ ਤੁਸੀਂ ਪ੍ਰਮੋਟ ਹੋ ਕੇ ਹਾਈ ਕੋਰਟ ਦੇ ਜੱਜ ਵੀ ਬਣ ਸਕਦੇ ਹੋ। ਦੋਸਤੋ, ਹੁਣ ਗੱਲ ਕਰ ਲਈਏ ਸੁਪਰੀਮ ਕੋਰਟ ਵਿੱਚ ਜੱਜ ਕਿਵੇਂ ਬਣ ਸਕਦੇ ਹਾਂ। ਦੋਸਤੋ, ਇਸ ਲਈ 10 ਸਾਲਾਂ ਦਾ ਪ੍ਰੈਕਟਿਸ ਐਜ਼ ਏ ਐਡਵੋਕੇਟ ਇਨ ਹਾਈ ਕੋਰਟ ਵਿੱਚ ਪ੍ਰੈਕਟਿਸ ਜਾਂ ਐਕਸਪੀਰੀਅੰਸ ਹੋਣਾ ਚਾਹੀਦਾ ਐਜ਼ ਏ ਐਡਵੋਕੇਟ, ਜਾਂ 5 ਸਾਲਾਂ ਦਾ ਐਜ਼ ਏ ਹਾਈ ਕੋਰਟ ਦਾ ਜੱਜ ਬਣ ਕੇ ਆਪਾਂ ਨੂੰ ਨਿਯੁਕਤ ਰਹਿਣਾ ਪੈਂਦਾ। ਉਸ ਤੋਂ ਬਾਅਦ ਆਪਾਂ ਸੁਪਰੀਮ ਕੋਰਟ ਦੇ ਜੱਜ ਲਈ ਅਪਲਾਈ ਕਰ ਸਕਦੇ ਹਾਂ। ਦੋਸਤੋ, ਇਸ ਦੇ ਜਿਹੜੇ ਵੀ ਐਗਜ਼ਾਮ ਆਉਂਦੇ ਨੇ, ਇਸ ਰਿਲੇਟਡ ਮੈਂ ਵੀਡੀਓ ਪਾਉਂਦਾ ਰਹਿੰਦਾ, ਜਿਹੜੀ ਵੀ ਪੋਸਟਾਂ ਆਉਂਦੀ ਨੇ ਕੋਰਟ ਦੀਆਂ, ਤਾਂ ਮੈਂ ਉਹ ਵੀਡੀਓ ਜ਼ਰੂਰ ਆਪਣੇ ਚੈਨਲ 'ਤੇ ਪਾਉਣਾ। ਅਤੇ ਐਗਜ਼ਾਮ ਰਿਲੇਟਡ, ਸਿਲੇਬਸ ਰਿਲੇਟਡ ਜੋ ਵੀ ਤੁਹਾਨੂੰ ਚਾਹੀਦਾ ਹੈ ਵੀਡੀਓ ਵਿੱਚ ਕਮੈਂਟ ਕਰ ਦਿਉ, ਮੈਂ ਨੈਕਸਟ ਵੀਡੀਓ ਉਸ ਰਿਲੇਟਡ ਤੁਹਾਨੂੰ ਬਣਾ ਦਿਆਂਗਾ। ਅਤੇ ਜੋ ਵੀ ਕੋਈ ਸਵਾਲ ਹੈ ਤਾਂ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ, ਅਤੇ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।